ਆਹ ਦੇਖ ਲਓ ਤੁਸੀਂ ਇੱਥੇ ਉਹ ਸਾਰੇ ਉੱਧਰ ਸਰਦਾਰ ਅੰਕਲ ਆ ਪੱਗਾਂ ਵਾਲੇ ਬੈਠੇ ਆ ਵੱਧ ਗਿਣਤੀ ਦੇ ਵਿੱਚ ਪੰਜਾਬੀ ਬੈਠੇ ਇੱਥੇ ਵੀ ਜਿਹੜੇ ਸਾਰੇ ਵੀਜ਼ਾ ਅਪਲਾਈ ਕਰਨ ਆਏ ਹੋ ਨਾ ਆਹ ਦੇਖੋ ਇੱਧਰ ਵੀ ਪੰਜਾਬ ਵਾਲੀ ਜਨਤਾ ਹੀ ਆ ਹਾਂਜੀ ਹੋ ਗਿਆ ਕੰਮ अपनी गड्डी पार्क की श्री बंगला साहब गुरद्वारा दी पार्किंग ਤੇ ਆਪਾਂ ਆਏ ਹੋਏ ਆ ਸ਼ੈਨਗਨ ਵੀਜ਼ਾ ਅਪਲਾਈ ਕਰਨ ਤੇ ਹੱਲੇ ਆਪਾਂ ਕੋਲ ਟਾਈਮ ਹੈਗਾ ਆ ਜਦ ਤੱਕ ਆਪਾਂ ਕੋਲ ਟਾਈਮ ਹੈਗਾ ਤੇ ਆਪਾਂ ਉੱਪਰ ਚੱਲਦੇ ਆ ਤੇ ਆਪਾਂ ਕਰਦੇ ਆ ਗੁਰੂ ਘਰ ਦੇ ਦਰਸ਼ਨ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਆਪਣੀ ਫਾਈਲ ਸਬਮਿਟ ਕਰਨ ਤੇ ਇੱਥੇ ਦੱਸ ਦਈਏ ਜਿੰਨੇ ਵੀ ਪੰਜਾਬ ਤੋਂ ਆਉਂਦੇ ਆ ਮੋਸਟਲੀ ਆਪਣੀ ਜਿਹੜੀ ਗੱਡੀ ਪਾਰ ਕਰਦੇ ਆ ਸ਼੍ਰੀ ਬੰਗਲਾ ਸਾਹਿਬ ਗੁਰਦੁਆਰਾ ਦੇ ਵਿੱਚ ਕਿਉਂਕਿ ਇੱਥੇ ਜਿਹੜੀ VFS ਕਲੈਕਸ਼ਨ ਸੈਂਟਰ ਜਿਹਨੂੰ ਆਪਾਂ ਅੰਬੈਸੀ ਵੀ ਕਹਿ ਦਿੰਦੇ ਹਾਂ ਉਹ ਬਿਲਕੁਲ ਲਾਗੇ ਹੀ ਆ ਤੇ ਜ਼ਿਆਦਾਤਰ ਇੱਥੇ ਹੀ ਸਾਰੇ ਆਪਣੀ ਗੱਡੀ ਪਾਰ ਕਰਦੇ ਆ ਅਤੇ 2 ਘੰਟੇ ਲਈ ਪਾਰਕਿੰਗ ਫ੍ਰੀ ਹੈ ਅਤੇ 2 ਘੰਟੇ ਤੋਂ ਬਾਅਦ ਇਹਨਾਂ ਦੇ ਮੋਸਟਲੀ ਜਿਹੜੇ ਥੋੜ੍ਹੇ ਬਹੁਤੇ ਬਹੁਤ ਘੱਟ ਚਾਰਜਸ ਹੁੰਦੇ ਆ ਕਿਉਂਕਿ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਤੇ ਆ ਉਹ ਆਪਾਂ ਕਰਦੇ ਹਾਂ ਪਹਿਲਾਂ ਦਰਸ਼ਨ ਅਤੇ ਉਸ ਤੋਂ ਬਾਅਦ ਚੱਲਦੇ ਹਾਂ ਆਪਣੀ ਫਾਈਲ ਸਬਮਿਟ ਕਰਨ ਦੇ ਵਿੱਚ ਜਲ ਚੁਕਾਉਂਦੇ ਆ ਜਿੱਦਾਂ ਹਨਾ ਮੈਨੂੰ ਬੜਾ ਵਧੀਆ ਲੱਗਾ ਕਿ ਕੋਈ ਨਾ ਭਾਂਡੇ ਮਾਂਜਣ ਦੀ ਟੈਨਸ਼ਨ ਨਾ ਗਲਾਸੀਆਂ ਧੋਣ ਦੀ ਟੈਨਸ਼ਨ ਇੱਥੋਂ ਗੁਰਦੁਆਰਾ ਸਾਹਿਬ ਦੇ ਨਾ ਨਾਲ ਹੀ ਆ ਉਹ ਸਾਹਮਣੇ ਜਿਹੜੀ ਭੀੜ ਇਕੱਠੀ ਹੋਈ ਆ ਉਹ ਅੰਬੈਸੀਆਂ ਹੀ ਆ ਆਪਾਂ ਜ਼ਿਆਦਾਤਰ ਅੰਬੈਸੀਆਂ ਕਹਿ ਦਿੰਦੇ ਹਾਂ ਪਰ ਇਹ VFS ਕਲੈਕਸ਼ਨ ਸੈਂਟਰ ਹੁੰਦੇ ਆ ਦਿੱਲੀ 'ਚ ਵੈਸੇ ਤਾਂ ਗਰਮੀ ਹਰੇਕ ਪਾਸੇ ਹੀ ਆ ਕਿਉਂਕਿ ਗਰਮੀ ਦਾ ਮੌਸਮ ਆ ਪਰ ਪੰਜਾਬ 'ਚ ਇਸ ਵਾਰ ਹਲੇ ਥੋੜ੍ਹੀ ਜਿਹੀ ਇਸ ਤਰੀਕ ਤੱਕ ਘੱਟ ਗਰਮੀ ਆ ਦਿੱਲੀ 'ਚ ਗਰਮੀ ਜ਼ਿਆਦਾ ਆ ਬਈ ਆ ਦਿੱਲੀ ਦੇ ਵਿੱਚ ਵੀ ਆ ਦੇਖੋ ਸ਼ਵੀਲ ਲੱਗੀ ਹੋਈ ਆ ਅਤੇ ਇਹਨਾਂ ਨੇ ਵੀ ਸ਼ਵੀਲ ਲਾਈ ਹੋਈ ਆ ਬਈ ਕਹਾਂ ਸੇ ਹੋ ਆਪ ਬਈ ਕਹਾਂ ਸੇ ਹੋ ਆਪ ਕਹਾਂ ਸੇ ਹੋ ਆਪ ਹੈਦਰਾਬਾਦ ਹੈਂ ਯੂਪੀ ਕਾ ਹੈਦਰਾਬਾਦ ਇਨਕੇ ਬਾਰੇ ਮੈਂ ਪਤਾ ਹੈ ਜੋ ਆਪਨੇ ਤਸਦੀਕ ਡਾਲੀ ਹੈ ਇਨਕੇ ਬਾਰੇ ਮੈਂ ਪਤਾ ਹੈ ਨਹੀਂ ਪਤਾ ਹੈ ਆਹ ਦੇਖ ਲਓ ਸੰਤਾਂ ਦੀ ਬੰਦੇ ਨੇ ਟੀ ਸ਼ਰਟ ਪਾਈ ਆ ਬਟ ਇਹਨੂੰ ਪਤਾ ਵੀ ਨਹੀਂ ਹੈਗਾ ਵੀ ਇਹ ਸਰ ਕੌਣ ਆ ਇਹ ਕਿੱਥੋਂ ਲਈ ਸੀ ਇਹ ਡਾਕਟਰ ਸਾਹਿਬ ਆਉਂਦੇ ਆ ਉਹ ਵੀ ਦਵਾਵਾ ਦਿੰਦੇ ਸਰਦਾਰ ਜੀ ਹੋਰਦੀ ਆ ਅਸੀਂ ਮੈਂ ਪੰਜਾਬ ਤੋਂ ਹਾਂ ਇਹ ਸਾਡੇ ਸਿੱਖਾਂ ਦੇ ਮਹਾਨ ਸ਼ਹੀਦ ਆ ਜਿੱਦਾਂ ਇਹ ਦਰਬਾਰ ਸਾਹਿਬ ਦੇ ਵਿੱਚ ਲੜਦੇ ਜਦੋਂ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਦਰਬਾਰ ਸਾਹਿਬ 'ਤੇ ਉਦੋਂ ਉੱਥੇ ਇਹ ਸ਼ਹੀਦ ਹੋਏ ਸੀਗੇ ਇਹਨਾਂ ਨੂੰ ਸਾਧ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਆ ਠੀਕ ਹੈ ਹਾਂ ਦੇਖ ਲਓ ਤੁਸੀਂ ਇੱਥੇ ਉਹ ਸਾਰੇ ਉੱਧਰ ਸਰਦਾਰ ਅੰਕਲ ਆ ਪੱਗਾਂ ਵਾਲੇ ਬੈਠੇ ਆ ਵੱਧ ਗਿਣਤੀ ਦੇ ਵਿੱਚ ਪੰਜਾਬੀ ਬੈਠੇ ਇੱਥੇ ਵੀ ਜਿਹੜੇ ਸਾਰੇ ਵੀਜ਼ਾ ਅਪਲਾਈ ਕਰਨ ਆਏ ਹੋ ਨਾ ਆਹ ਦੇਖੋ ਇੱਧਰ ਵੀ ਪੰਜਾਬ ਵਾਲੀ ਜਨਤਾ ਹੀ ਆ ਸਾਰੇ ਪੰਜਾਬ ਵਾਲੀ ਹਾਂਜੀ ਹੋ ਗਿਆ ਕੰਮ
ਪ੍ਰੀਮੀਅਮ ਸਰਵਿਸ ਲੈ ਲਈ ਸੀ ਉਹਦੇ ਨਾਲ ਕੀ ਹੁੰਦਾ ਅੱਧੇ ਘੰਟੇ 'ਚ ਆਪਾਂ ਫ੍ਰੀ ਹੋ ਗਏ ਨਹੀਂ ਤਾਂ ਜਿੱਦਾਂ ਉੱਥੇ ਪੰਜ ਪੰਜ ਘੰਟੇ ਲੱਗਦੇ ਅੰਦਰ ਮਤਲਬ ਅੰਦਰ ਇੰਨਾ ਆਟੋ ਵਾਲੇ ਕਹਿੰਦੇ ਪੰਜ ਪੰਜ ਘੰਟੇ ਲੱਗ ਜਾਂਦੇ ਆਹੋ ਅੰਦਰ ਇੰਨਾ ਰਸ਼ ਲੱਗਦਾ ਨਾ ₹3200 ਲੱਗਦਾ ਐਕਸਟਰਾ ਯਾਰ ਜਿਹੜੇ ਵੀ ਬੰਦੇ ਨਾ ਯਾਰ ਆਪਣੇ ਪੇਰੈਂਟਸ ਨੂੰ ਭੇਜਦੇ ਆ ਉਹਨਾਂ ਨੂੰ ਚਾਹੀਦਾ ਕਿ ਇੱਥੇ BFS ਦੇ ਵਿੱਚ ਪ੍ਰੀਮੀਅਮ ਲੌਂਜ ਸਰਵਿਸ ਲੈ ਕੇ ਭੇਜਣ ਕਦੇ ਬੈਠੇ ਉਹ ਪੁੱਛੀ ਜਾਂਦੇ ਕਿਸੇ ਨੂੰ ਨਾ ਉਹਨਾਂ ਨੂੰ ਪਤਾ ਲੱਗਦਾ ਹੈ ਨਾ ਕਿੱਧਰ ਨੂੰ ਕੀ ਕਰਨਾ ਕੀ ਨਹੀਂ ਕਰਨਾ ਪ੍ਰੀਮੀਅਮ ਲੌਂਜ ਦੇ ਵਿੱਚ ਨਾ ਸਿੱਧੇ ਹੀ ਤੁਹਾਨੂੰ ਉਹ ਕਾਊਂਟਰ 'ਤੇ ਲੈ ਜਾਂਦੇ ਆ ਠੀਕ ਹੈ ਇੱਕ ਕਾਊਂਟਰ 'ਤੇ ਲਿਜਾ ਕੇ ਬਿਠਾ ਲੈਣਾ ਉਹਨਾਂ ਨੇ ਤੁਹਾਨੂੰ ਜਲੰਧਰ ਵਾਲੇ ਤਾਂ ਚਾਹ ਕੌਫੀ ਵੀ ਪੁੱਛਦੇ ਆ ਜਲੰਧਰ ਵਾਲੇ ਤਾਂ ਪੂਰੀ ਸੇਵਾ ਕਰਦੇ ਆ ਅਤੇ ਬਸ ਇੱਕ ਕਾਊਂਟਰ 'ਤੇ ਲਿਜਾ ਕੇ ਬਿਠਾ ਲੈਂਦੇ ਆ ਕਾਊਂਟਰ 'ਤੇ ਲਿਜਾ ਕੇ ਬਿਠਾ ਕੇ ਅਤੇ ਉਹਨੇ ਫੀਸ ਫੂਸ ਉੱਥੇ ਪੇ ਕਰਾ ਲੈਣੀ ਜੋ ਵੀ ਆ ਉਸ ਤੋਂ ਬਾਅਦ ਸਿੱਧਾ ਹੀ ਸਿੰਗਰ ਕਰਾ ਕੇ ਫਾਈਲ ਉੱਥੇ ਦੇ ਕੇ ਨਾਲੇ ਬਾਅਦ ਉਹ ਤਾਂ ਸਰਵਿਸ ਨਹੀਂ ਨਹੀਂ 12.5 ਘੰਟਾ ਵੀ ਲੱਗਾ ਮਤਲਬ 12.5 ਨਹੀਂ ਮਤਲਬ ਮੇਰਾ ਕਹਿਣ ਦਾ ਕਿ ਉਹਨਾਂ ਦਾ ਸਰਵਰ ਡਾਊਨ ਸੀਗਾ ਨਹੀਂ ਤਾਂ ਪੂਰੇ 15 ਮਿੰਟ ਲੱਗਦੇ ਹੁੰਦੇ ਆ ਕਿਹੜਾ 5 ਘੰਟੇ ਖੱਜਣ ਖਰਾਬ ਕਰੀ ਜਾਵੇ ਅਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਵਾਪਸ ਅਤੇ ਤੁਹਾਨੂੰ ਵੀਡੀਓ ਦਾ ਐਂਡ 'ਚ ਤੁਹਾਨੂੰ ਦਿਖਾਵਾਂਗੇ ਹੁਣ ਜਦੋਂ ਕੋਰੀਅਰ ਆਉਂਦਾ ਆ ਉਹ ਭਰਾਵਾ ਅੰਦਰ ਮੈਨੂੰ ਕਹਿੰਦਾ ਇਸੀ ਐਡਰੈਸ 'ਤੇ ਕੋਰੀਅਰ ਚਲਾ ਜਾਏਗਾ ਮੈਂ ਕਿਹਾ ਭੇਜ ਦੇ ਮੇਰੇ ਪਿੰਡ ਦੇ ਐਡਰੈਸ 'ਤੇ ਪਿੰਡ ਦੇ ਐਡਰੈਸ 'ਤੇ ਕਿੱਥੋਂ ਉਹਨਾਂ ਦਾ DHL ਦਾ ਮਤਲਬ ਬਲਿਊ ਡਾਟਾ ਜੇ ਸੱਚ ਆਉਂਦਾ ਹੁੰਦਾ ਬਲਿਊ ਡਾਟਾ ਰਾਹੀਂ ਹੈ ਨਾ ਫਿਰ ਉਹ ਦਿੱਤਾ ਪਿੰਨ ਕੋਡ ਕਹਿੰਦਾ ਇਹ ਨਹੀਂ ਚੱਲਣਾ ਫਿਰ ਮੈਂ ਸੈਲੇ ਦਾ ਦਿੱਤਾ ਉਹ ਵੀ ਨਹੀਂ ਕਹਿੰਦਾ ਚੱਲਣਾ ਹਾਰ ਕੇ ਫਿਰ ਜਲੰਧਰ ਦਾ ਪਿੰਨ ਕੋਡ ਦਿੱਤਾ ਜਲੰਧਰ ਆਊਗਾ ਜਲੰਧਰ ਆਊਗਾ ਫਾਈਨਲੀ ਕੋਰੀਅਰ ਆ ਗਿਆ ਜੀ ਆਪਣੇ ਕੋਲ ਅਤੇ ਕੋਰੀਅਰ ਹੁਣ ਆਪਾਂ ਖੋਲ੍ਹਦੇ ਹਾਂ ਇਹਦੇ 'ਤੇ ਦੇਖਾਂਗੇ ਇਹਨਾਂ ਨੇ ਕੀ ਐਡਰੈਸ ਦੇ ਦਿੱਤਾ ਸੀ ਜਿਹਦੇ ਕਰਕੇ ਅੱਛਾ ਆਹ ਦੇਖੋ ਮਨਦੀਪ ਸਿੰਘ ਸਤਲੁਜ ਮਾਰਕੀਟ ਸਤਲੁਜ ਮਾਰਕੀਟ ਦਾ ਇਸ ਮਾਰਕੀਟ ਦਾ ਐਡਰੈਸ ਦੇ ਦਿੱਤਾ ਸੀ ਉਹਨਾਂ ਨੇ ਪ੍ਰੋਪਰ ਕਾਰਡ ਦਾ ਹੈ ਨਾ ਅਤੇ ਹੁਣ ਆਪਾਂ ਖੋਲ੍ਹਦੇ ਹਾਂ ਦੇਖਦੇ ਹਾਂ ਕੀ ਬਣਦਾ ਆ ਇੱਦਾਂ ਕਈ ਵਾਰੀ ਰਿਫਿਊਜ਼ਲ ਲੈਟਰ ਹੀ ਹੁੰਦੀ ਹੈ ਵੀਜ਼ਾ ਆ ਗਿਆ ਅਤੇ ਦੇਖਦੇ ਹਾਂ ਹੁਣ ਆਪਾਂ ਕਿੰਨੇ ਚਿਰ ਦਾ ਆ ਓਹੋ ਵੈਸੇ ਇੱਕ ਇਸ ਵਾਰੀ ਸਿਰਫ ਇੱਕ ਮਹੀਨੇ ਦਾ ਵੀਜ਼ਾ ਆ ਇੱਕ ਮਹੀਨੇ ਦਾ ਵੀਜ਼ਾ 17-7 ਤੱਕ ਆ 7ਵੇਂ ਮਹੀਨੇ ਦੀ 17 ਤੱਕ ਵੀਜ਼ਾ ਆ ਅਤੇ ਤੁਸੀਂ ਹਿਸਾਬ ਲਾ ਲਓ ਕਿ 1.5 ਮਹੀਨਾ ਅੱਗੇ ਜਿੰਨੀ ਵਾਰੀ ਵੀ ਮੈਨੂੰ ਵੀਜ਼ਾ ਦਿੱਤਾ ਇਹਨਾਂ ਨੇ 6 ਮਹੀਨੇ ਘੱਟੋ ਘੱਟ ਜਾਂ 3 ਮਹੀਨੇ ਫਿਰ 6 ਮਹੀਨੇ ਦਾ ਇੱਦਾਂ ਵੀਜ਼ਾ ਦਿੱਤਾ ਸੀ ਬਟ ਇਸ ਵਾਰੀ ਡੇਟ ਬੜੀ ਥੋੜ੍ਹੀ ਹੈ ਚਲੋ ਐਨੀਥਿੰਗ ਕੋਈ ਗੱਲ ਨਹੀਂ ਵੀਜ਼ਾ ਆ ਗਿਆ ਅਤੇ ਆਪਣਾ ਤਾਂ ਜਾਣ ਦਾ ਪਲਾਨ ਹੈਗਾ ਹੀ ਹੈ ਛੇਤੀ ਅਤੇ ਹੁਣ ਆਪਾਂ ਕਰਾਉਂਦੇ ਹਾਂ ਟਿਕਟ ਅਤੇ ਮੈਨੂੰ ਸੀ ਕਿ ਤੁਹਾਨੂੰ ਫੋਰਮ ਦਿਖਾਊਂਗਾ ਕਿਹੜੇ ਕਿਹੜੇ ਸਾਰਾ ਕੁਛ ਕੀ ਕੀ ਡਾਕੂਮੈਂਟ ਲਾਏ ਸੀ ਪਰ ਕੋਈ ਡਾਕੂਮੈਂਟ ਵਾਪਸ ਨਹੀਂ ਆਇਆ ਕੋਈ ਕੁਛ ਵਾਪਸ ਨਹੀਂ ਆਇਆ ਅਤੇ ਇੰਗਲੈਂਡ ਵਾਲੇ ਸਾਰਾ ਕੁਛ ਵਾਪਸ ਦੇ ਦਿੰਦੇ ਆ ਜਿੰਨਾ ਕੁਛ A to Z ਲੱਗਾ ਹੁੰਦਾ ਪਰ ਇਹ ਵੀ ਮੈਨੂੰ ਲੱਗਦਾ ਦਿੰਦੇ ਹੀ ਸੀ ਅੱਗੇ ਇਹਨਾਂ ਦਾ ਵੀ ਸਾਰੇ ਅੱਗੇ ਮੈਂ ਜਿੰਨੀ ਵਾਰੀ ਫਾਈਲ ਜਮ੍ਹਾਂ ਕਰਾਈ ਆ ਮੇਰੇ ਕੋਲ ਡਾਕੂਮੈਂਟ ਅੰਬੈਸੀ ਤੋਂ ਵਾਪਸ ਆਏ ਸਾਰੇ ਪਏ ਸੀਗੇ ਇਹ ਵੀ ਐਤਕੀ ਨਹੀਂ ਇਹਨਾਂ ਨੇ ਡਾਕੂਮੈਂਟ ਵਾਪਸ ਦਿੱਤੇ ਚਲੋ ਗੱਲ ਨਹੀਂ ਪਰ ਇਹਨਾਂ ਨੇ ਵੀਜ਼ਾ ਸਿਰਫ ਮਹੀਨੇ ਦਾ ਦਿੱਤਾ ਅਤੇ ਕੋਸ਼ਿਸ਼ ਕਰਾਂਗੇ ਬਾਹਰ ਜਾ ਕੇ ਤੁਹਾਨੂੰ ਵਧੀਆ ਵਧੀਆ ਵੀਡੀਓ ਦਿਖਾਉਣ ਦੀ ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ